ਕੰਡਕਟਰ ਦੀ ਘਰ ਵਾਲੀ ਚੜ ਗਈ ਬੱਸ ਸਟੈਂਡ ਦੀ ਛੱਤ ਦੇ ਉੱਤੇ। ਵੇਖੋ ਫਿਰ ਕਿਹੋ ਜਿਹਾ ਬਣਿਆ ਮਾਹੌਲ, ਕੀਤਾ ਹਾਈ ਵੋਲਟੇਜ ਡਰਾਮਾ। ਦੱਸ ਦਈਏ ਕਿ ਮਾਮਲਾ ਗੁਰਦਾਸਪੁਰ ਦੇ ਬੱਸ ਸਟੈਂਡ ਤੋਂ ਸਾਹਮਣੇ ਹੈ, ਜਿੱਥੇ ਕਿ ਕੰਡਕਟਰ ਦੀ ਘਰ ਵਾਲੀ ਜਿਹੜੀ ਆ ਉਹ ਬੱਸ ਸਟੈਂਡ ਦੀ ਛੱਤ ਤੇ ਚੜ ਜਾਂਦੀ ਹੈ ਤੇ ਉੱਚੀ ਉੱਚੀ ਚੀਕ ਝਿਆੜਾ ਪਾਉਂਦੀ ਹੈ। ਦੱਸ ਦਈਏ ਕਿ ਉਹ ਕਹਿੰਦੀ ਹੈ ਕਿ ਉਸਨੂੰ ਉਸਦੇ ਪਤੀ ਨੂੰ ਬੁਲਾਓ, ਨਹੀਂ ਤਾਂ ਉਹ ਨਹੀਂ ਉਤਰੇਗੀ। ਜਿਸ ਤੋਂ ਬਾਅਦ ਪੁਲਿਸ ਬੜੀ ਮੁਸ਼ਕਤ ਦੇ ਨਾਲ ਉਸਨੂੰ ਮਨਾ ਕੇ ਤਾਂ ਬੱਸ ਸਟੈਂਡ ਦੀ ਛੱਤ ਤੋਂ ਥੱਲੇ ਲਿਆਉਂਦੇ ਨੇ। ਤੇ ਉਸ ਤੋਂ ਬਾਅਦ ਦੱਸ ਦਈਏ ਕਿ ਪੁਲਿਸ ਕਹਿੰਦੀ ਹੈ ਕਿ ਉਹ ਜੋ ਵੀ ਗੱਲ ਹੋਵੇਗੀ ਉਸਦਾ ਇਨਸਾਫ ਜੋ ਹੈ ਜ਼ਰੂਰ ਕਰੇਗੀ। ਇੰਨਾ ਹੀ ਨਹੀਂ ਬਲਕਿ ਉਸ ਤੋਂ ਬਾਅਦ ਜਿਹੜਾ ਪਤੀ ਹੈ ਉਹਨੇ ਵੀ ਇਲਜ਼ਾਮ ਲਗਾਏ ਕਿ ਆਪਣੀ ਪਤਨੀ ਤੋਂ ਬਹੁਤ ਤੰਗ ਪਰੇਸ਼ਾਨ ਹੈ ਅਤੇ ਹਾਈ ਵੋਲਟੇਜ ਡਰਾਮਾ ਕਰਦੀ ਪਤਨੀ ਨਜ਼ਰ ਆਈ ਹੈ। ਝਲਕ ਮਾਰੋ ਤੁਸੀਂ ਵੀ ਤਸਵੀਰਾਂ 'ਤੇ ਅਤੇ ਅੰਤ ਦੇ ਵਿੱਚ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ। ਸਮੱਸਿਆ ਇਹ ਹੋਈ ਆ ਵੀ ਇਹ ਪਰਸਨ ਜੋ ਆਏ ਆ ਸਾਡੇ ਇੱਥੇ ਬਟਾਲੇ, ਉੱਥੇ ਆ ਕੇ ਇਹਨੇ ਮੁਹੱਲੇ 'ਚ ਬੜਾ ਹੰਗਾਮਾ ਕੀਤਾ ਆ ਕੇ, ਅਤੇ ਨਾ ਤਾਂ ਰੋਟੀਆਂ ਲਾਉਂਦੀ ਆ ਮੇਰੇ ਵਾਸਤੇ ਅਤੇ ਨਾ ਹੀ ਮੈਨੂੰ ਕੁਛ ਦਿੰਦੀ ਆ ਖਾਣ ਨੂੰ। ਮੈਂ ਉੱਦਾਂ ਹੀ ਭੁੱਖਾ ਭੁਲਾਉਣ ਆ ਜਾਂਦਾ ਵਾਂ ਇੱਥੇ ਡਿਊਟੀ 'ਤੇ, ਇੱਥੇ ਆ ਕੇ ਖਾਂਦਾ ਰੋਟੀ, ਅਤੇ ਅੱਜ ਇੱਥੇ ਆ ਕੇ ਬੱਸ ਸਟੈਂਡ ਆ ਕੇ ਹੰਗਾਮਾ ਕੀਤਾ ਮੇਰੇ ਹੱਥੀ ਪਈ ਆ ਕੇ, ਨਾਲੇ ਉਹ ਜਿਹੜੇ ਸਰਕਾਰੀ ਉਹ ਸੀ ਆਪਣੇ ਸਾਡੇ ਇੱਥੇ ਕਾਗਜ਼ ਸੀ ਉਹ ਵੀ ਮਾਰੇ ਘੁਮਾ ਘੁੰਮੂ ਕੇ ਵਿਘਨ ਪਾਇਆ ਸਰਕਾਰੀ ਕੰਮ 'ਚ, ਕਿਉਂ ਮੈਂ ਸਰਕਾਰੀ ਡਿਊਟੀ 'ਤੇ ਹਾਂ ਇਸ ਟਾਈਮ, ਅਤੇ ਮੈਨੂੰ ਮੈਂ ਇੱਕ ਵੀ ਗੱਡੀ ਬੁੱਕ ਨਹੀਂ ਕੀਤੀ ਪਹਿਲਾਂ, ਨਹੀਂ ਤਾਂ ਮੇਰਾ ਘੱਟੋ ਘੱਟ ਵੀ ਹੁਣ ਤੱਕ 7-8 ਹਜ਼ਾਰ ਰੁਪਇਆ ਹੋ ਜਾਣਾ। ਮੈਂ ਮੰਗ ਬਾਅਦ ਤਲਾਕ ਦੀ ਕਰਦਾ, ਹੁਣ ਤੱਕ 7-8 ਹਜ਼ਾਰ ਰੁਪਇਆ ਹੋ ਜਾਣਾ। ਮੈਂ ਮੰਗ ਬਾਅਦ ਤਲਾਕ ਦੀ ਕਰਦਾ। ਇਹਨਾਂ ਦਾ ਨਾ ਕੋਈ ਆਪਣਾ ਜਨਾਨੀ ਬੰਦੇ ਦਾ ਘਰੇਲੂ ਕਲੇਸ਼ ਸੀ, ਉਹ ਮੁੰਡਾ ਰੋਡ ਵਿੱਚ ਆ ਇੱਥੇ ਐਡਵਾਂਸ ਬੁਕਿੰਗ 'ਤੇ ਆ ਅਤੇ ਉਹਦੇ ਨਾਲ ਲੜ ਪਈ, ਇਹ ਲੜ ਕੇ ਅਤੇ ਉੱਤੇ ਚੜ ਗਈ, ਕਹਿੰਦੀ ਮੈਂ ਛਾਲ ਮਾਰ ਕੇ ਮਰ ਜਾਣਾ। ਮੁੜ ਕੇ ਫਿਰ ਜੀ ਬੜੀ ਮੁਸ਼ਕਤ ਦੇ ਨਾਲ ਸਮਝਾ ਸਮਝੂ ਕੇ ਇਹਨਾਂ ਨੂੰ ਉਤਾਰਿਆ ਥੱਲੇ। ਅਸੀਂ ਕਿਹਾ ਵੀ ਜੋ ਵੀ ਗੱਲਬਾਤ ਆ ਬੈਠ ਕੇ ਕਰ, ਅਤੇ ਆ ਗਈ ਥੱਲੇ ਅਤੇ ਹੁਣ ਬੈਠ ਕੇ ਅਤੇ ਮੁਲਾਜ਼ਮ ਆਏ ਆ ਥਾਣੇ ਤੋਂ, ਉਹ ਕਰਾਉਂਦੇ ਆ ਸਮਝੌਤਾ। ਬੜੀ ਮੁਸ਼ਕਤ ਦੇ ਨਾਲ ਮੁਸ਼ਕਲ ਨਾਲ ਲਾਇਆ ਜੀ ਸਮਝਾ ਕੇ ਕੁੜੀ ਨੂੰ ਵੀ ਆ ਜਾ ਥੱਲੇ ਤੇਰਾ ਸਮਝੌਤਾ ਕਰਾ ਦਿੰਦੇ ਹਾਂ। ਉਹ ਹੁਣ ਬਹਿ ਕੇ ਜੀ ਕਰਨ ਦੇ ਕੰਪਰੋਮਾਈਜ਼ ਆਪਸ ਦੇ ਵਿੱਚ। ਪਹਿਲਾਂ ਤਾਂ ਡਰ ਨਾਲ ਕੋਈ ਜਾਂਦਾ ਹੀ ਨਹੀਂ ਵੀ ਵੇਖ ਕੇ ਕਿਤੇ ਡਰ ਕੇ ਨਾ ਛਾਲ ਮਾਰ ਦੇ। ਮੁੜ ਕੇ ਮੈਂ ਕੱਢਿਆ ਦਿਲ, ਮੈਂ ਕਿਹਾ ਵੇਖੀਆ ਕਿ ਜੋ ਹੋਏਗਾ, ਜਾ ਕੇ ਤਾਂ ਬੜੀ ਮੁਸ਼ਕਲ ਨਾਲ ਲਵਾਇਆ ਇਹਨੂੰ, ਮੰਨ ਗਈ ਫਿਰ ਜੀ। ਜੀ ਮੈਂ ਰਾਤ ਤਾਂ ਨਹੀਂ ਤੱਕਣਾ, ਪਹਿਲਾਂ ਤਾਂ ਡਰ ਨਾਲ ਕੋਈ ਜਾਂਦਾ ਹੀ ਨਹੀਂ ਵੀ ਵੇਖ ਕੇ ਕਿਤੇ ਡਰ ਕੇ ਨਾ ਛਾਲ ਮਾਰ ਦੇ। ਮੁੜ ਕੇ ਮੈਂ ਕੱਢਿਆ ਦਿਲ, ਮੈਂ ਕਿਹਾ ਵੇਖੀਆ ਕਿ ਜੋ ਹੋਏਗਾ, ਜਾ ਕੇ ਤਾਂ ਬੜੀ ਮੁਸ਼ਕਲ ਨਾਲ ਲਵਾਇਆ ਇਹਨੂੰ, ਮੰਨ ਗਈ ਫਿਰ ਜੀ। ਅੱਜ ਭਾਅ ਜੀ ਮੈਨੂੰ SHO ਸਾਡੇ ਨੇ ਕਿਹਾ ਵੀ ਉੱਥੇ ਜਾਓ ਹਰਜਿੰਦਰ ਸਿੰਘ ਜੀ ਬੱਸ ਸਟੈਂਡ 'ਤੇ ਜਾਓ, ਉੱਥੇ ਕੋਈ ਲੇਡੀ ਕੋਠੇ 'ਤੇ ਚੜ੍ਹੀ। ਅਸੀਂ ਲੇਡੀ ਨੂੰ ਆਣ ਕੇ ਕੋਠੇ ਤੋਂ ਉਤਾਰਿਆ, ਇਹਨੂੰ ਪੁੱਛਿਆ ਵੀ ਕੀ ਗੱਲ ਹੋਈ ਆ, ਉਸਨੇ ਕਿਹਾ ਮੈਂ ਆਪਣੀ ਘਰ ਦੇ ਨਾਲ ਤਲਾਕ 'ਚਾਹੁੰਦੀ ਹਾਂ। ਮਤਲਬ ਪੁੱਛਿਆ ਸੀ ਵੀ ਕੀ ਗੱਲ ਕੀ ਹੈ, ਕਹਿੰਦੀ ਮੈਨੂੰ ਕੋਈ ਖਰਚਾ ਨਹੀਂ ਦਿੰਦਾ, ਮੈਨੂੰ ਲੈਣ ਨਹੀਂ ਕੋਈ ਦੇਣ, ਨਾ ਮੈਨੂੰ ਰੱਖਦਾ ਇਹ ਕੋਈ। ਇਹਨਾਂ ਨੇ ਦੋਵਾਂ ਨੇ ਲਵ ਮੈਰਿਜ ਕੀਤੀ ਹੈ ਇਹਨਾਂ ਦਾ, ਨਾ ਇਹਨਾਂ ਨੇ ਘਰਦਿਆਂ ਨੂੰ ਆਪਣਿਆਂ ਨੂੰ ਪੁੱਛਿਆ ਕੁੜੀ ਨੇ, ਨਾ ਮਾਂ ਪਿਓ ਨੂੰ ਪੁੱਛਿਆ, ਅਤੇ ਨਾ ਲਵ ਮੈਰਿਜ ਕੀਤੀ ਅਤੇ ਇੱਥੇ ਆਣ ਕੇ ਲੱਗੀ ਮਰਨ, ਜੇ ਅਸੀਂ ਨਾ ਪੜਦੇ ਤਾਂ ਸਾਹਿਬ ਤਾਂ ਲੜਕੀ ਡੈਥ ਹੋ ਜਾਂਦੀ। ਹਾਂ ਉਹ ਸਰਕਾਰੀ ਰੋਡਵੇਜ਼ 'ਚ ਹੈਗਾ ਮੁਲਾਜ਼ਮ ਆ ਜੀ, ਅਤੇ ਉਹਨੂੰ ਵੀ ਆਣ ਕੇ ਉਹਦੇ ਪਰਸ ਪੁਰਸੋਂ ਦਾ ਖੋਇਆ ਨੇ ਆਣ ਕੇ, ਜਿਹੜਾ ਹੈਂਡਬੈਗ ਹੁੰਦਾ ਉਹਦੇ ਕੱਪੜੇ ਪਾੜੇ ਆਣ ਕੇ ਨੇ ਕੁੜੀ। ਹਾਂ ਪਰੇਸ਼ਾਨ ਬਹੁਤ ਕੀਤਾ, ਫਿਰ ਅਸੀਂ ਮੌਕੇ 'ਤੇ ਆਏ ਸਾਡੇ ਨਾਲ ਲੇਡੀ ਕਾਂਸਟੇਬਲ ਆਈ ASA ਲੇਡੀ ਆਈ ਹੈ, ਉਹਨਾਂ ਨੇ ਫਿਰ ਆਣ ਕੇ ਅਸੀਂ ਉਹਨੂੰ ਉਤਾਰਿਆ ਕੁੱਟ ਤੋਂ, ਅਤੇ ਫਿਰ ਉਹਨੂੰ ਮਕੇਰੀਆਂ ਭੇਜਦਾ। ਉਹਦੀ ਮਾਮੀ ਨਾਲ ਅਸੀਂ ਗੱਲ ਕੀਤੀ ਹੈ, ਮਾਮੀ ਉਹਦੀ ਹੌਲਦਾਰ ਕੁਲਜੀਤ ਕੌਰ ਜੀ ਉੱਥੇ ਲੱਗੇ ਨੇ ਮਕੇਰੀਆਂ ਠਾਣੇ, ਉਹਦੇ ਨਾਲ ਮੈਂ ਗੱਲ ਕੀਤੀ, ਉਹ ਕਹਿੰਦੀ ਵੀ ਇਹਨੂੰ ਬੱਸੇ ਭਾਲ ਦਿਓ ਅਤੇ ਮੈਂ ਇਹਨੂੰ ਸਾਂਭ ਲਉਂਗੀ ਆਪੇ। ਹਾਂਜੀ ਬਿਲਕੁਲ ਬਚਾ ਕੋਈ ਗੱਲ।